ਜੀ ਆਓ ਅੱਜ ਅਸੀਂ ਮਿਲਦੇ ਹਾਂ ਸਤਿੰਦਰ ਕੌਰ ਜੋ ਕਿ ਪੋਇਮ ਪਿਛਲੇ 4 ਸਾਲਾਂ ਤੋਂ ਲਿਖਦੇ ਆ ਰਹੇ ਆ ਉਹਨਾਂ ਨੇ ਲਗਭਗ 80 ਤੋਂ 90 ਦੇ ਵਿੱਚ ਆਪਣੇ ਪੋਇਮ ਲਿਖਿਆ ਹੈ ਔਰ ਉਹਨਾਂ ਦੀ ਜੋ ਸਿਲੈਕਟਡ ਪੋਇਮ ਹੈਗੇ ਅੱਜ ਅਸੀਂ ਆਪਾਂ ਸੁਣਦੇ ਆ ਔਰ ਉਹਨਾਂ ਨਾਲ ਕੁਝ ਗੱਲਾਂ ਸ਼ੇਅਰ ਕਰਦੇ ਆ ਤੁਹਾਡਾ ਨਾਮ ਜੀ ਸਤਿੰਦਰ ਕੌਰ ਤੁਸੀਂ ਆਪਣੇ ਅੱਜ ਪੋਇਮ ਦੇ ਬਾਰੇ ਦੱਸੋ ਮੈਂ ਪਿਛਲੇ 4 ਸਾਲਾਂ ਤੋਂ ਪੋਇਟਰੀ ਲਿਖ ਰਹੀ ਹਾਂ ਪੋਇਟਰੀ ਤੋਂ ਬਿਨਾਂ ਮੈਂ MSc ਐਂਟਮੋਲੋਜੀ ਕੀਤੀ ਹੈ ਮੈਂ ਐਗਰੀਕਲਚਰ ਦੀ ਸਟੂਡੈਂਟ ਹਾਂ ਮੈਂ ਬਰਨਾਲਾ ਤੋਂ ਹਾਂ ਅਤੇ ਮੈਂ ਤੁਹਾਡੇ ਅੱਗੇ ਆਪਣੀਆਂ ਦੋ ਸਿਲੈਕਟਿਡ ਪੋਇਮਸ ਪੇਸ਼ ਕਰ ਰਹੀ ਹਾਂ ਮੇਰੀ ਪਹਿਲੀ ਪੋਇਮ ਹੈ ਜਿਸਦਾ ਨਾਮ ਹੈ ਰਾਸਤੇ ਮੈਂ ਪੇਸ਼ ਕਰਨ ਲੱਗੀ ਹਾਂ ਕੁਝ ਰਾਹਾਂ ਲੰਬੀਆਂ ਨੇ ਕੁਝ ਅਜਬ ਸਲੀਕੇ ਨੇ ਕਦੀ ਰੂਹਾਂ ਠਰਦੀਆਂ ਨੇ ਕਦੀ ਜਾਮ ਵੀ ਪੀਂਦੇ ਨੇ ਫਿਰ ਉੱਥੇ ਹੀ ਆ ਗਏ ਹਾਂ ਜਿੱਥੋਂ ਦੀ ਲੰਘੇ ਸੀ ਤੇਰੀ ਮੌਜੂਦਗੀ ਨੇ ਰਾਹ ਸੌਖਾ ਕਰਤਾ ਸੀ ਹੁਣ ਉਹੀ ਰਸਤਾ ਏ ਮੁੱਕਣੇ ਨੂੰ ਆਉਂਦਾ ਨਹੀਂ ਕੁਝ ਉਡੀਕ ਵੀ ਲੰਮੀ ਸੀ ਕੁਝ ਤੋਂ ਵੀ ਰੁੱਖ ਵਰਗਾ ਦੋਵਾਂ ਦੇ ਵਿੱਚ ਪਿਸਕੇ ਮੈਂ ਕਣ ਬਣ ਗਿਆ ਹੁਣ ਰੇਤ ਵੀ ਜਚਦੀ ਏ ਮੈਨੂੰ ਇਹ ਰਾਵਾਂ ਦੀ ਇਹ ਰੇਤ ਵੀ ਸੋਹਣਾ ਏ ਬਸ ਸੋਚਣ ਦੀਆਂ ਬਾਤਾਂ ਨੇ ਮੈਂ ਆਪਣੀ BSc ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਕੰਪਲੀਟ ਕੀਤੀ 2013 ਤੋਂ 2017 ਤੱਕ ਉਸ ਤੋਂ ਬਾਅਦ ਮੈਂ ਆਪਣੀ ਮਾਸਟਰ ਜੋ ਐਗਰੀਕਲਚਰ ਦੀ ਐਂਟਮੋਲੋਜੀ ਦੇ ਵਿੱਚ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਕੰਟੀਨਿਊ ਕੀਤੀ ਮੈਂ ਯੂਨੀਵਰਸਿਟੀ ਟੋਪਰ ਹਾਂ ਵਿਦ 8.91 CGPA ਇਸ ਤੋਂ ਬਿਨਾਂ ਮੈਂ ਆਪਣੇ ਜਿਹੜੇ ਵੀ ਕੰਪੀਟੀਸ਼ਨ ਹੁੰਦੇ ਰਹੇ ਨੇ ਉਹਨਾਂ ਦੇ ਵਿੱਚ ਹਰ ਸਾਲ ਪਾਰਟੀਸਪੇਟ ਕੀਤਾ ਉਹਨਾਂ ਕੰਪੀਟੀਸ਼ਨਾਂ ਤੋਂ ਬਿਨਾਂ ਮੇਰੀ ਰੁਚੀ ਪੋਇਮਸ ਵੱਲ ਜ਼ਿਆਦਾ ਸੀ ਜਿਹਦੇ ਨਾਲ ਮੈਂ ਆਪਣੀ ਸਟੱਡੀ ਦੇ ਨਾਲ ਨਾਲ ਪੋਇਮਸ ਨੂੰ ਵੀ ਕੰਟੀਨਿਊ ਕੀਤਾ ਅਤੇ ਮੈਂ ਤੁਹਾਡੇ ਅੱਗੇ ਆਪਣੀਆਂ ਕੁਝ ਸਿਲੈਕਟਡ ਪੋਇਮਸ ਪੇਸ਼ ਕਰਨ ਲੱਗੀ ਮੇਰੀ ਦੂਜੀ ਪੋਇਮ ਹੈ ਜਿਸਦਾ ਨਾਮ ਹੈ ਹਾਣ ਦਿਆ ਕਈ ਸਾਲਾਂ ਤੋਂ ਮੈਨੂੰ ਜਾਣਦੇ ਆ ਮੇਰੇ ਹਾਣ ਦਿਆ ਦਿਲਦਾਰਾ ਵੀ ਤੈਨੂੰ ਆਪਣਾ ਸਭ ਕੁਝ ਮੰਨ ਲਿਆ ਮੈਂ ਦਿਲ ਬੰਨ ਲਿਆ ਕੁਝ ਤਾਰਾਂ ਦੇ ਕੁਝ ਅਣਸਮਝੇ ਜਿਹੜੇ ਇਕਰਾਰ ਸੀਗੇ ਕੁਝ ਰਾਜ ਸੀਗੇ ਅੱਖਾਂ ਚਾਰਾਂ ਦੇ ਜੋ ਜੱਗ ਤੋਂ ਦੂਰ ਲਕੋ ਰੱਖੀਆਂ ਤੇਰੇ ਅੱਗੇ ਮੈਂ ਫੋਲ ਰੱਖੀਆਂ ਸਭ ਬਾਤਾਂ ਵੇ ਰਾਤ ਦੇ ਤਾਰੇ ਤੇ ਮੇਰੀ ਚੁੰਨੀ ਦੇ ਫੁੱਲ ਦੋਵੇਂ ਖਿੜ ਉੱਠਦੇ ਤੈਨੂੰ ਤੱਕ ਗਏ ਵੇ ਮੇਰਾ ਜੀ ਕਰਦਾ ਤੈਨੂੰ ਰੱਖ ਲਵਾਂ ਵਾਂਗ ਪਿਰੋ ਗਾਨੀ ਦੇ ਮਨ ਕੇ ਵੇ ਕਈ ਸਾਲਾਂ ਤੋਂ ਮੈਨੂੰ ਜਾਣਦੇ ਆ ਮੇਰੇ ਹਾਣ ਦਿਆ ਦਿਲਦਾਰਾ ਵੇ ਕਈ ਸਾਲਾਂ ਤੋਂ ਮੈਨੂੰ ਜਾਣਦੇ ਆ ਮੇਰੇ ਹਾਣ ਦਿਆ ਦਿਲਦਾਰਾ ਵੇ ਹੁਣ ਮੈਂ ਤੁਹਾਡੇ ਅੱਗੇ ਪੇਸ਼ ਕਰਨ ਲੱਗੀ ਹਾਂ ਆਪਣੀ ਅਗਲੀ ਪੋਇਮ ਜਿਸਦਾ ਨਾਮ ਹੈ ਮੁਲਾਕਾਤ ਜਾਣਨਾ ਹੈ ਮੈਨੂੰ ਤਾਂ ਮੁਲਾਕਾਤ ਤੇ ਕਰ ਥੋੜ੍ਹਾ ਇਜ਼ਹਾਰ ਤੇ ਕਰ ਥੋੜ੍ਹਾ ਇਕਰਾਰ ਤੇ ਕਰ ਮੈਂ ਨਹੀਂ ਮੰਗਦਾ ਖੁਸ਼ੀਆਂ ਦੇ ਪਲ ਤੂੰ ਥੋੜ੍ਹਾ ਦੁਖਦਾਰ ਤੇ ਕਰ ਥੋੜ੍ਹਾ ਬੇਕਾਰ ਤੇ ਕਰ ਇੱਕ ਜੱਫੀ ਹੈ ਜੋ ਚਿਰਾਂ ਤੋਂ ਸਾਂਭੀ ਆ ਤੇਰੇ ਲਈ ਤੂੰ ਥੋੜ੍ਹਾ ਪਿਆਰ ਤੇ ਕਰ ਥੋੜ੍ਹਾ ਤਕਰਾਰ ਤੇ ਕਰ ਮੈਨੂੰ ਪਤਾ ਹੈ ਮੇਰੀ ਔਕਾਤ ਕੀ ਹੈ ਤੂੰ ਥੋੜ੍ਹਾ ਬੇਔਕਾਤ ਤੇ ਕਰ ਥੋੜ੍ਹਾ ਵਾਰ ਤੇ ਕਰ ਜਾਣਨਾ ਹੈ ਮੈਨੂੰ ਤਾਂ ਮੁਲਾਕਾਤ ਤੇ ਕਰ ਇਜ਼ਹਾਰ ਤੇ ਕਰ ਇਕਰਾਰ ਤੇ ਕਰ